ਆਕਾਲੀ ਲੀਡਰ ਸੁੱਚਾ ਸਿੰਘ ਲੰਗਾ ਦਾ ਮੁੰਡਾ ਚਿੱਟੇ ਅਤੇ ਕੁੜੀ ਸਮੇਤ ਸ਼ਿਮਲੇ ਦੇ ਵਿੱਚ ਕਾਬੂ ਜੀਆ ਦੋਸਤੋ ਇਸ ਸਮੇਂ ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਲਿਮਟਡ ਗੈਨ ਇਸ ਦੀ ਤਸਦੀਕ ਨਹੀਂ ਕਰਦਾ ਕਿਉਂਕਿ ਹਾਲੇ ਤੱਕ ਕੋਈ ਅਧਿਕਾਰਤ ਤੌਰ ਤੇ ਇਸ ਦੇ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਪਰ ਦੋਸਤੋ ਇਸ ਮੌਕੇ ਚਰਚਾ ਦੀ ਖਬਰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ ਆਕਾਲੀ ਲੀਡਰ ਸੁੱਚਾ ਸਿੰਘ ਲੰਗਾ ਜੋ ਕਿ ਵਿਵਾਦਾਂ ਦੇ ਵਿੱਚ ਪਿਛਲੇ ਸਮੇਂ ਵੀ ਘਰੇ ਰਹੇ ਹਨ ਆਪਣੀ ਇੱਕ ਵੀਡੀਓ ਦੇ ਕਰਕੇ ਹੁਣ ਚਰਚਾ ਦੇ ਵਿੱਚ ਹੈ ਉਹਨਾਂ ਦਾ ਪੁੱਤਰ ਪ੍ਰਕਾਸ਼ ਸਿੰਘ ਜਿਸ ਨੂੰ ਕਿ ਸ਼ਿਮਲੇ ਦੇ ਵਿੱਚ ਕੁੜੀ ਅਤੇ ਚਿੱਟੇ ਦੇ ਨਾਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਜਦੋਂ ਹੋਟਲ ਦੇ ਵਿੱਚ ਰੇਡ ਕੀਤੀ ਗਈ ਤਾਂ ਪੁਲਿਸ ਵੀ ਦੇਖ ਕੇ ਹੈਰਾਨ ਰਹਿ ਗਈ ਦੱਸਿਆ ਜਾ ਰਿਹਾ ਕਿ 42 ਤੋਂ 43 ਗ੍ਰਾਮ ਦੇ ਕਰੀਬ ਚਿੱਟਾ ਵੀ ਉਸ ਤੋਂ ਕਾਬੂ ਕੀਤਾ ਗਿਆ ਤੇ ਇਸ ਮੌਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੋਟਲ ਦੇ ਕਮਰੇ 'ਚ ਵੀ ਕਿਸ ਤਰ੍ਹਾਂ ਝੂਲ ਰਿਹਾ ਹੈ ਸੁੱਚਾ ਸਿੰਘ ਲੰਗਾ ਦਾ ਪੁੱਤਰ ਜੋ ਕਿ ਮੌਕੇ ਤੇ ਇੱਕ ਕੁੜੀ ਵੀ ਮਿਲੀ ਤੇ ਕੁਝ ਸਾਥੀ ਵੀ ਉਸ ਦੇ ਇੱਥੇ ਹੋਟਲ ਦੇ ਕਮਰੇ ਦੇ ਵਿੱਚ ਕਾਬੂ ਕੀਤੇ ਗਏ ਨੇ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਚਿੱਟਾ ਇਹ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡੀ ਇੱਕ ਕਹਿ ਸਕਦੇ ਚਾਲ ਦੱਸੀ ਜਾ ਰਹੀ ਹੈ ਪੰਜਾਬ ਦੇ ਨਾਲ ਕਿਉਂਕਿ ਕਾਂਗਰਸ ਦੀ ਸਰਕਾਰ ਸਮੇਂ ਵੀ ਫਿਰ ਅਕਾਲੀ ਦਲ ਦੀ ਸਰਕਾਰ ਸਮੇਂ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਇਹ ਚਿੱਟੇ ਦੀ ਲਾਂਤ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੀ ਹੈ ਉਥੇ ਜਿੱਥੇ ਕੁਝ ਲੋਕਾਂ ਵੱਲੋਂ ਇਹ ਦੋਸ਼ ਕਾਲੀ ਦਲ ਤੇ ਲਗਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਚਿੱਟਾ ਕਾਂਗਰਸ ਦੇ ਸਮੇ ਵੀ ਸੀ ਅਕਾਲੀ ਦਲ ਦੇ ਸਮੇ ਅਤੇ ਹੁਣ ਆਮ ਆਦਮੀ ਪਾਰਟੀ ਦੇ ਸਮੇ ਵੀ ਹੈ ਅਤੇ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਵੀ ਚਿੱਟੇ ਦੀਆਂ ਹਰ ਰੋਜ਼ ਅਨੇਕਾਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਇੱਥੋਂ ਤੱਕ ਵੀ ਅੰਦਰਲੀ ਖਬਰ ਸਾਹਮਣੇ ਆਈ ਹੈ ਕਿ ਕਈ ਮੌਤਾਂ ਚਿੱਟੇ ਤੇ ਅਤੇ ਨਸ਼ੇ ਦੇ ਕਰਕੇ ਹੁੰਦੀਆਂ ਨੇ ਪਰ ਬੇਇੱਜ਼ਤੀ ਅਤੇ ਸਮਾਜ ਦੇ ਵਿੱਚ ਹੋ ਰਹੀ ਬੇਇੱਜ਼ਤੀ ਤੋਂ ਬਚਣ ਦੇ ਲਈ ਉਹਨਾਂ ਮੌਤਾਂ ਨੂੰ ਹਾਰਟ ਅਟੈਕ ਜਾਂ ਫਿਰ ਹੋਰ ਕਾਰਨ ਦੱਸ ਦਿੱਤੇ ਜਾਂਦੇ ਨੇ ਜਦਕਿ ਵਿਦੇਸ਼ਾਂ ਦੇ ਵਿੱਚ ਹੋਈਆਂ ਇਹਨਾਂ ਮੌਤਾਂ ਦੇ ਪਿੱਛੇ ਅਸਲ ਕਾਰਨ ਚਿੱਟਾ ਹੀ ਹੁੰਦਾ ਏ ਅੰਦਰੂਨੀ ਜੋ ਸੂਤਰਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਬਾਕੀ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਪਰ ਇਸ ਵੇਲੇ ਦੀ ਵੱਡੀ ਖਬਰ ਸੁੱਚਾ ਸਿੰਘ ਲੰਗਾ ਦਾ ਪੁੱਤਰ ਚਿੱਟੇ ਦੇ ਨਾਲ ਕਾਬੂ ਹੋਇਆ ਜਿਸ ਦੇ ਕੋਲੋਂ 42 ਤੋਂ 43 ਗ੍ਰਾਮ ਦੇ ਕਰੀਬ ਚਿੱਟਾ ਜ਼ਬਤ ਹੋਣ ਦੀ ਖਬਰ ਆ ਰਹੀ ਹੈ ਚਿੱਟਾ ਰਕਬਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਆਉਂਦੀ ਹੈ ਉਸੇ ਸਮੇਂ ਤੁਹਾਡੇ ਲਈ ਇਹ ਖਬਰ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਕਰਦੇ